ਹੈਲੋ ਹਾਂਜੀ ਕੌਣ ਓਹੋ ਨਮਸਤੇ ਭਾਈ ਸਾਹਿਬ ਬਸ ਬਸ ਚੰਗਾ ਤੁਸੀਂ ਕਿੱਦਾਂ ਹੋ ਕਦੀ ਐਦੇ ਵਿੱਚ ਚੱਕਰ ਲਾਇਆ ਕਰੋ ਔਰ ਕੀ ਮੇਰੇ ਵੱਲ ਨਹੀਂ ਨਹੀਂ ਮੇਰੇ ਵੱਲ ਤੇ ਨਹੀਂ ਹੈਗੇ ਨਹੀਂ ਮੈਂ ਤੇ ਮਨਕਸ਼ੀ ਦੇ ਵੱਧ ਉੱਤੇ ਗਈ ਸੀ ਅੱਛਾ ਉਹ ਵੀ ਆ ਕੇ ਆ ਕੇ ਕਹਿੰਨੇ ਨਹੀਂ ਨਹੀਂ ਭਾਈ ਸਾਹਿਬ ਕਿਥੇ ਹੋਰ ਗਏ ਹੋਗੇ ਕੋਈ ਲੋੜ ਹੋਰ ਕੋਈ ਕੰਮ ਪੈ ਗਿਆ ਹੋਗਾ ਤੁਸੀਂ ਉਹਨਾਂ ਕੋਲ ਪੁੱਛ ਲਓ ਹਾਂ ਅੱਛਾ ਜੀ ਅੱਛਾ ਓਕੇ ਜੀ ਹੋਈ ਹੈਲੋ ਪੈਂਜੀ ਸੁਣੋ ਮੈਂ ਸਰਲਾ ਪੈਂਜੀ ਬੜੀ ਚੰਗੀ ਨਿਊਜ਼ ਪੈਂਜੀ ਇਹ ਬੀਅਰ ਦੀ ਮਾਂ ਘਰ ਝੂਠ ਬੋਲ ਕੇ ਗਈ ਸੀ ਆਪਣੇ ਉਹਨਾਂ ਨੂੰ ਕਹਿ ਕੇ ਕਿ ਮੈਂ ਨਾ ਮਨਾਕਸ਼ੀ ਦੇ ਬਰਥਡੇ ਤੇ ਗਏ ਪੈਂਜੀ ਮਨਾਕਸ਼ੀ ਨੇ ਮਨਾਕਸ਼ੀ ਦੀ ਆਪਣੀ ਜੁੱਤੀ ਨਾ ਬੁਲਾਵੇ ਇਹਨੂੰ ਆਹੋ ਪੈਂਜੀ ਬੜਾ ਚੰਗਾ ਬਰਥਡੇ ਸੀ ਪੈਂਜੀ ਲਾਲ ਤੇ ਕਾਲਾ ਥੀਮ ਇੱਕ ਤਰਫ ਲਾਲ ਕੱਪੜੇ ਵਿੱਚ ਮੈਂ ਸੱਚੀ ਕਹਿੰਦੀ ਆ ਮਾਤਾ ਦੀ ਚੌਂਕੀ ਦੂਜੀ ਤਰਫ ਕਾਲੀ ਪੂਤਨੀਆਂ ਆਏ ਬੜਾ ਹੀ ਕਰਾਰਾ ਕੰਪੀਟੀਸ਼ਨ ਹੈਗਾ ਸੀ ਨੀ ਨਹੀਂ ਮੈਂ ਲਾਲ ਕਾਲਾ ਦੁਲੂ ਮਲਾ ਕੇ ਪਾਈ ਸੀ ਪੈਂਜੀ ਬਟ ਜੋ ਕੰਪੀਟੀਸ਼ਨ ਹੈ ਕੋਈ ਜਿਵੇਂ ਹੁੱਕਾ ਮਾਰ ਮਾਰ ਕੇ ਜਿਵੇਂ ਧੂਆਂ ਛੋੜ ਦਿਆ ਨੇ ਪੈਂਜੀ ਕੀ ਦੱਸਾਂ ਤੁਹਾਨੂੰ ਚੁੱਲ੍ਹੇ ਤੇ ਬਾਅਦ ਵਿੱਚ ਬੱਲੇ ਹੋ ਗਏ ਨਾ ਮੂਹ ਪਹਿਲੇ ਬਲਦੇ ਪਿਆ ਹਾਂ